ਜਦੋਂ ਸਿੰਘਾਂ ਨੇ ਹੀ ਸਿੰਘਾਂ ਦੇ ਉੱਤੇ ਕੀਤਾ ਹਮਲਾ, ਜਦੋਂ ਸਿੰਘਾਂ ਨੇ ਡੋਗਰਿਆਂ ਦੇ ਸਿਰ ਵੱਢ ਕੇ ਲਾਹੌਰ ਦਰਵਾਜ਼ੇ ਦੇ ਉੱਤੇ ਟੰਗੇ, ਜਦੋਂ ਗੋਲੀਆਂ ਦੀ ਵਰਖਾ ਇੱਕ ਨਾਮ ਜਪਣ ਵਾਲੇ ਪ੍ਰਭੂ ਪਰਮਾਤਮਾ ਦੇ ਉਸ ਪਿਆਰੇ ਭਗਤ ਉਸ ਸੰਤ ਦੇ ਉੱਤੇ ਹੋਈ, 18 ਗੋਲੀਆਂ ਆਪਣੇ ਸਰੀਰ ਦੇ ਉੱਤੇ ਝੇਲਦੇ ਹੋਏ ਜ਼ੁਲਮ ਦਾ ਜਬਰ ਦਾ ਸਬਰ ਦੇ ਨਾਲ ਮੁਕਾਬਲਾ ਕਰਨ ਵਾਲੇ ਨਾਮ ਦੇ ਰਸੀਏ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹਾਦਤ ਦੀ ਗਾਥਾ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਉਹ ਇਤਿਹਾਸ ਦੀ ਘਟਨਾ, ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ ਉਸ ਵੇਲੇ ਦੇ ਡੋਗਰੇ ਸਰਦਾਰ ਸਨ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੌਜਾਂ ਦੇ ਵਿੱਚ ਬਗਾਵਤ ਉੱਠ ਗਈ। ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਸਨ, ਦੂਸਰੇ ਪਾਸੇ ਉਹ ਡੋਗਰੇ ਸਨ ਜਿਨ੍ਹਾਂ ਨੇ ਕੁਛ ਸਿੱਖਾਂ ਨੂੰ ਆਪਣੇ ਨਾਲ ਰਲਾਇਆ। ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਜਵਾਹਰ ਸਿੰਘ ਨਲੂਆ, ਸਰਦਾਰ ਅਤਰ ਸਿੰਘ ਸੰਧਾਵਾਲੀਆ, ਇਹ ਸਾਰੇ ਉਸ ਵਿਦਰੋਹ ਦੇ ਚਲਦਿਆਂ ਆਪਣੀਆਂ ਜਾਨਾਂ ਬਚਾਉਂਦੇ ਹੋਏ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਡੇਰੇ 'ਤੇ ਪਹੁੰਚੇ। ਬਾਬਾ ਬੀਰ ਸਿੰਘ ਨੌਰੰਗਾਬਾਦੀ ਜੋ ਪਰਮਾਤਮਾ ਦੇ ਪਿਆਰੇ ਭਗਤ ਸਨ, ਨਾਮ ਜਪਣ ਵਾਲੇ ਰਸੀਆ ਸਨ, ਸਿੱਖੀ ਦਾ ਪ੍ਰਚਾਰ ਕਰਦੇ ਸਨ, ਜਿਨ੍ਹਾਂ ਦੇ ਕੋਲ ਹਜ਼ਾਰਾਂ ਦੀ ਫੌਜ ਸੀ, ਜਿਨ੍ਹਾਂ ਦੇ ਕੋਲ ਤੋਪਾਂ ਸਨ, ਗੋਲੀਆਂ ਸਨ, ਔਰ ਉਹ ਆਪਣੀਆਂ ਇਹਨਾਂ ਫੌਜਾਂ ਦੇ ਨਾਲ ਕਦੇ ਕਿਸੇ ਦੇ ਉੱਤੇ ਹਮਲਾ ਨਹੀਂ ਸੀ ਕਰਦੇ। ਇਹ ਉਹਨਾਂ ਦੀ ਡਿਫੈਂਸਿਵ ਫੌਜ ਸੀ। ਜਿਸ ਵੇਲੇ ਇਹ ਸਰਦਾਰ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਸ਼ਰਨ ਦੇ ਵਿੱਚ ਆਏ ਤਾਂ ਉੱਧਰੋਂ ਡੋਗਰੇ ਵੀ ਜਿਹੜੇ ਨੇ ਉਹ ਤੋਪਾਂ ਬੀੜ ਕੇ ਪਲਟਣਾ ਲੈ ਕੇ ਉੱਥੇ ਪਹੁੰਚ ਗਏ। ਬਾਬਾ ਬੀਰ ਸਿੰਘ ਨੇ ਉਹਨਾਂ ਨੂੰ ਕਿਹਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਜੇਕਰ ਇਹ ਬਾਗੀ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਹਮਲੇ ਕਰ ਰਹੇ ਹੋ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਕੌਣ ਨੇ? ਇਹ ਤਾਂ ਉਹਨਾਂ ਦੇ ਵੰਸ਼ਜ, ਉਹਨਾਂ ਦੇ ਵਾਰਸ ਨੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਬਾਬਾ ਬੀਰ ਸਿੰਘ ਨੇ ਉਸ ਵੇਲੇ ਸਿੰਘਾਂ ਨੂੰ, ਆਪਣੀਆਂ ਫੌਜਾਂ ਨੂੰ ਕਿਹਾ, ਇੱਧਰੋਂ ਕੋਈ ਗੋਲੀ ਨਹੀਂ ਚਲਾਏਗਾ ਕਿਉਂਕਿ ਉੱਧਰ ਵੀ ਆਪਣੇ ਸਿੱਖ ਭਰਾ ਹਨ, ਅਸੀਂ ਇਹਨਾਂ ਦਾ ਸਬਰ ਦੇ ਨਾਲ ਮੁਕਾਬਲਾ ਕਰਾਂਗੇ, ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਲੜਾਈ ਕੋਈ ਝਗੜਾ ਨਹੀਂ ਕਰਾਂਗੇ। ਪਰ ਜਿਹੜੇ ਡੋਗਰੇ ਸਨ ਉਹਨਾਂ ਦੇ ਮਨਾਂ ਦੇ ਵਿੱਚ ਪਾਪ ਸੀ, ਉਹਨਾਂ ਨੇ ਇਸ ਗੱਲ ਨੂੰ ਧਿਆਨ 'ਚ ਰੱਖੇ ਬਿਨਾਂ ਤੋਪਾਂ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਬਾ ਬੀਰ ਸਿੰਘ ਆਪਣੇ ਉਸ ਡੇਰੇ ਦੇ ਅੰਦਰ, ਜਿਸ ਨੂੰ ਅੱਜ ਮੁੱਠਿਆਂ ਵਾਲਾ ਕਰਕੇ ਜਾਣਿਆ ਜਾਂਦਾ ਹੈ, ਉੱਥੇ ਬੈਠੇ ਹੋਏ ਸਨ। 18 ਗੋਲੀਆਂ ਬਾਬਾ ਬੀਰ ਸਿੰਘ ਦੇ ਸਰੀਰ ਦੇ ਵਿੱਚ ਲੱਗੀਆਂ। ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਇਹਨਾਂ ਡੋਗਰਿਆਂ ਦੀ ਕੁਟਲ ਨੀਤੀ ਦੇ ਚਲਦਿਆਂ ਸਬਰ ਅਤੇ ਸਿਦਕ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਦਿਆਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ, ਪਿਆਰ ਦੇ ਵਿੱਚ ਜੁੜੇ, ਉਸਦੇ ਭਾਣੇ ਨੂੰ ਮੰਨਦੇ ਹੋਏ ਸ਼ਹੀਦਾਂ ਦੀ ਕਤਾਰ ਦੇ ਵਿੱਚ ਜਾ ਖੜੇ ਹੋਏ। ਬਾਬਾ ਬੀਰ ਸਿੰਘ ਨੌਰੰਗਾਬਾਦੀ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਪਹਿਲੇ ਸਵਤੰਤਰਤਾ ਸੈਨਾਨੀ ਬਾਬਾ ਮਹਾਰਾਜ ਸਿੰਘ ਨੌਰੰਗਾਬਾਦ ਵਿਖੇ ਵੀ ਰਹਿੰਦੇ ਸਨ, ਉਹ ਬਾਬਾ ਬੀਰ ਸਿੰਘ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜਾਂ ਨੇ ਉਹਨਾਂ ਡੋਗਰਿਆਂ ਦੀ ਕਰਾਰੀ ਮਾਰ ਮਾਰੀ, ਔਰ ਜਿਹੜੇ ਮੇਨ ਜਿਹੜੇ ਉਹਦੇ ਵਿੱਚ ਇਤਿਹਾਸ ਦੇ ਵਿੱਚ ਉਹਨਾਂ ਦੇ ਨਾਮ ਆਉਂਦੇ ਨੇ, ਮੀਆਂ ਲਾਭ ਸਿੰਘ, ਪੰਡਿਤ ਜੱਲਾ ਸਿੰਘ ਅਤੇ ਹੀਰਾ ਸਿੰਘ ਡੋਗਰਾ, ਇਹਨਾਂ ਦੇ ਸਿਰ ਵੱਢ ਕੇ ਲਾਹੌਰ ਦੇ ਦਰਵਾਜ਼ੇ ਦੇ ਉੱਤੇ ਟੰਗ ਦਿੱਤੇ। ਐਡੀ ਵੱਡੀ ਫੌਜ ਹੋਣ ਦੇ ਬਾਵਜੂਦ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਫੌਜਾਂ ਦਾ ਮੁਕਾਬਲਾ ਕਰਨ ਵਾਲੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਦਾ ਜੋ ਸ਼ਹੀਦੀ ਦਿਹਾੜਾ ਹੈ, ਹਰ ਸਾਲ 27 ਅਤੇ 28 ਵਿਸਾਖ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਂਦਾ ਹੈ। ਉਹਨਾਂ ਨੂੰ ਚੇਤੇ ਕੀਤਾ ਜਾਂਦਾ, ਉਹਨਾਂ ਦੀ ਬਹਾਦਰੀ ਨੂੰ ਸਲਿਊਟ ਕੀਤਾ ਜਾਂਦਾ ਹੈ। ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਤਕਰੀਬਨ 400 ਤੋਂ ਵੱਧ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਵੱਖ ਵੱਖ ਥਾਵਾਂ ਦੇ ਉੱਤੇ ਸਥਿਤ ਨੇ। ਸਿੱਖ ਕੌਮ ਦੇ ਮਹਾਨ ਤਪਸਵੀ
सूरबीर योधे बाबा वीर सिंह नौरंगाबादी की महान शहादत में असीस ने मसीदा करते हैं। लोड़ है इहो जे इतिहास नूं अपने बच्चों तक पहुँचाने की, क्योंकि ये इतिहास जो किताबों के विच दर्ज है जिहड़ा कदे सामने नहीं लिया गया, जिसनों सामने लिया की बहुत वड्डी जरूरत है। असी कोशिश कर रहे हैं सिख इतिहास के वह वर्के तुहाडे सामने रखिए जिन्हां दे बारे कदे किसी ने गल नहीं की। आस है तुहानूं वीडियो चंगा लग्या होगा। इहो जिहे होर वीडियो देखण दे लई सिख टैक चैनल नूं लाइक ते सबसक्राइब जरूर करो। मिलते हैं एक होर नवे वीडियो के नाल। वाहिगुरू जी का खालसा, वाहिगुरू जी की फतेह।